ਦੇਖੋ ਸ਼ੁਗਲੀ ਜੁਗਲੀ ਜੀ, ਹੁਣ ਮੈਂ ਤੁਹਾਨੂੰ ਏਅਰਪੋਰਟ ਤੇ ਛੱਡਣ ਜਾ ਰਿਹਾ ਨਾ, ਤੁਹਾਨੂੰ ਮੈਂ ਸਵਾਦ ਦੀ ਚੀਜ਼ ਦਿਖਾਵਾਂ। ਹਾਂਜੀ, ਪੰਜਾਬ ਦੇ ਵਿੱਚ GPS ਜਿਹੜਾ ਪੰਜਾਬੀ 'ਚ ਨਹੀਂ ਆਇਆ, ਪਰ ਇੱਥੇ ਉਹ ਆਪਸ਼ਨ ਆ ਗਈ ਹੈ GPS। ਹਾਂਜੀ, ਸਾਨੂੰ ਰਾਹ ਸਾਰਾ ਬੋਲ ਕੇ ਪੰਜਾਬੀ 'ਚ ਦੱਸਣਾ। ਠੀਕ ਹੈ, ਚੰਗਾ, ਅਸੀਂ ਏਅਰਪੋਰਟ ਜਾ ਰਹੇ ਹਾਂ ਨਿਊਯਾਰਕ ਦੇ। ਤੁਹਾਡੇ ਕੋਲ ਘਰ ਨਹੀਂ ਟਿਕਿਆ ਜਾਂਦਾ, ਘਰ ਤੁਸੀਂ ਬੈਂਦੇ ਨਹੀਂ, ਪੰਗਾ ਮੇਰੇ ਸਿਰ ਪਾਈ ਜਾਂਦੇ ਹੋ। ਚਲੋ ਸਿੱਧਾ ਚਲੋ, ਸੱਜੇ ਮੋੜ ਲਿਓ। ਭਾਈ GPS ਸਾਨੂੰ ਕਹਿਣ ਡਿਆ ਨਾ ਤੇ ਇੱਥੋਂ ਸੱਜੇ ਜਾਣਾ, ਸਿੱਧਾ ਜਾਣਾ। ਆਪਾਂ, ਮੈਨੂੰ ਲੱਗਦਾ ਆਪਾਂ ਖੱਬੇ ਨੂੰ ਮੋੜ ਲਈਏ। ਤੈਨੂੰ ਜ਼ਿਆਦਾ ਪਤਾ, ਖੱਬੇ ਨੂੰ ਮੋੜ ਲਓ, ਮੈਨੂੰ ਕਾਹਨੂੰ ਪੁੱਛਦੇ ਹੋ। ਚਲੋ ਅੱਗੇ ਤੇ ਸਿੱਧਾ। ਮੇਰੇ ਹਿਸਾਬ ਨਾਲ ਉਦੋਂ ਟ੍ਰੈਫਿਕ ਜ਼ਿਆਦਾ ਹੈਗਾ, ਮੈਂ ਪਿਛਲੇ ਸਾਲ ਆਇਆ ਸੀ ਨਾ ਇੱਧਰੋਂ, ਖੱਬੇ ਹੱਥ ਇੱਕ ਸ਼ੋਰਟ ਰਸਤਾ ਜਾਂਦਾ ਸਿੱਧਾ ਏਅਰਪੋਰਟ ਤੇ, ਉਧਰੋਂ ਮੋੜ ਲਓ। ਕਰ ਲਓ ਗੱਲ, ਇੱਕ ਹੋਰ ਸਿਆਣਾ ਆ ਗਿਆ, ਉਹ ਸਿੱਧਾ ਚੱਲੋ, ਕੋਈ ਟ੍ਰੈਫਿਕ ਨਹੀਂ ਹੈਗੀ, ਖੱਬੇ ਮੋੜ ਲਓ। ਰਸ਼ ਬਹੁਤ ਵਧੀ ਜਾਂਦਾ ਪਿਆ, GPS ਸਾਨੂੰ ਗਲਤ ਪਾਸੇ ਪਾਉਂਦਾ ਪਿਆ। ਅਸੀਂ, ਮੈਂ ਕਹਿੰਦਾ ਕਿਉਂ ਨਾ ਆਪਾਂ ਸ਼ਹਿਰ ਤੋਂ ਬਾਹਰ ਬਾਹਰ ਕੱਢ ਲਈਏ ਏਅਰਪੋਰਟ ਜਾਣ ਵਾਸਤੇ। ਆ ਕੋਲੰਬਸ ਆ ਗਿਆ ਤੇ ਇਹਨੂੰ ਜ਼ਿਆਦਾ ਪਤਾ, ਰਾਹ ਦੱਸਣ ਗਿਆ ਮੈਨੂੰ, ਸਿੱਧਾ ਜਾ ਕੇ ਸੱਜੇ ਮੁੜੋ। ਓਏ GPS ਵੀ ਨਾ ਕੇਵਰੇ ਪੰਗਾ ਪਾਉਂਦਾ, ਪਹਚਾਣਾ ਕਿਤੇ ਹੋਰ ਹੁੰਦਾ, ਪਹਚਾ ਕਿਤੇ ਹੋਰ ਵੀ ਤਾਂ ਇਹਨੂੰ ਭੁਲੇਖਾ ਵੀ ਲੱਗ ਜਾਂਦਾ। ਉਹ ਮੈਨੂੰ ਕੋਈ ਭੁਲੇਖਾ ਨਹੀਂ ਲੱਗਣ ਦਿਆ, ਤੁਸੀਂ ਵੱਡੇ ਸਿਆਣੇ, ਸਿੱਧਾ ਚਲੋ ਸੱਜੇ ਮੁੜੋ। ਚਲੋ, ਨੈਵੀਗੇਟਰ ਦੇ ਚੱਕਰ ਦੇ ਵਿੱਚ ਨਾ ਫਲਾਈਟ ਮਿਸ ਹੋ ਗਈ ਨਾ, ਮੁੜ ਕੇ ਸਾਨੂੰ ਹਫ਼ਤਾ ਰੱਖਣਾ ਪੈਣਾ। ਉਹ ਤੁਸੀਂ ਤਿੰਨਾਂ ਨੇ ਮੇਰੀ ਸੁਣੀ ਤਾਂ ਹੈ ਨਹੀਂ, ਖਸਮਾਂ ਨੂੰ ਖਾਓ, ਜਿੱਥੇ ਮਰਜ਼ੀ ਜਾਓ, ਜਾਓ ਧੱਕੇ ਖਾਓ।